ਹੈਲੋ ਐਵਰੀਵਨ, ਮੇਰੇ ਵੱਲੋਂ ਯਾਨੀ ਕਿ ਜਸਪਿੰਦਰ ਚੀਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਤੇ ਮੈਂ ਆਪਣੀ ਘੈਂਟ ਜਿਹੀ ਪਿਆਰੀ ਜਿਹੀ ਆਡੀਅੰਸ ਦਾ ਸਵਾਗਤ ਕਰਦੀ ਹਾਂ ਉਹਨਾਂ ਦੇ ਆਪਣੇ ਘੈਂਟ ਜਿਹੇ ਸ਼ੋਅ ਦੇ ਵਿੱਚ, ਜਿਹਦਾ ਨਾਂ ਹੈ ਪੰਜਾਬੀ ਦਿਸ ਵੀਕ। ਪੰਜਾਬੀ ਜਿੱਥੇ ਵੀ ਜਾਂਦੇ ਨੇ ਛਾ ਜਾਂਦੇ ਨੇ, ਦਿਲ ਦੇ ਇੰਨੇ ਸਾਫ਼ ਨੇ ਕਿ ਹਰ ਮਨ ਨੂੰ ਭਾ ਜਾਂਦੇ ਨੇ। ਕੀ ਸਿਫਤ ਕਰਾਂ ਇਹਨਾਂ ਟੌਰ ਨਵਾਬੀਆਂ ਦੀ, ਪੰਜਾਬੀ ਜਿੱਥੇ ਵੀ ਜਾਣ ਬੱਲੇ ਬੱਲੇ ਕਰਾ ਜਾਂਦੇ ਨੇ। ਅਤੇ ਇਹਨਾਂ ਸਾਰਿਆਂ ਪੰਜਾਬੀਆਂ ਦੀ ਅਪਡੇਟਸ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ ਕਿੱਥੇ, ਸਾਡੇ ਸ਼ੋਅ ਦੇ ਵਿੱਚ ਜਿਹਦਾ ਨਾਂ ਹੈ ਪੰਜਾਬੀ ਦਿਸ ਵੀਕ। ਪੰਜਾਬੀ ਦਿਸ ਵੀਕ ਦੇ ਅੱਜ ਦੇ ਐਪੀਸੋਡ ਦੇ ਵਿੱਚ ਵਰਲਡ ਵਾਈਡ ਬਸੇ ਖਾਸ ਪੰਜਾਬੀਆਂ ਦੀਆਂ ਖਾਸ ਅਪਡੇਟਸ ਤਾਂ ਹੋਣਗੀਆਂ, ਪਰ ਨਾਲ ਨਾਲ ਖਾਸ ਮੁਲਾਕਾਤ ਕਰਾਵਾਂਗੀ ਤੁਹਾਡੀ ਹਰਫ ਚੀਮਾ ਜੀ ਦੇ ਨਾਲ। ਉਸ ਤੋਂ ਬਾਅਦ ਲੈ ਕੇ ਚੱਲਾਂਗੀ ਤੁਹਾਨੂੰ ਜ਼ੋਰਾ 10 ਨੰਬਰੀਆਂ ਦੇ ਸਟਾਰਕਾਸਟ ਦੇ ਕੋਲ। ਅਤੇ ਚੱਲੀ ਫਿਰ ਕਰੀਏ ਸਟਾਰਟ ਜੀ, ਲੈਟਸ ਸਟਾਰਟ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਪੰਜਾਬੀਆਂ ਦੀਆਂ ਦੋ ਫੇਵਰੇਟ ਕੰਟਰੀਜ਼ ਦੀ, ਅਮੈਰੀਕਾ ਅਤੇ ਕੈਨੇਡਾ ਦੀ, ਜਿੱਥੇ ਇੰਡੀਅਨ ਇੰਡੀਪੈਂਡੈਂਸ ਡੇ ਨੂੰ ਸੈਲੀਬ੍ਰੇਟ ਕੀਤਾ ਗਿਆ। ਇੰਡੀਆ ਦੇ 71st ਇੰਡੀਪੈਂਡੈਂਸ ਡੇ ਅਤੇ ਕੈਨੇਡਾ ਦੇ ਫੇਵਰੇਟ ਟੂਰਿਸਟ ਸਪੋਟ ਨਾਇਗਰਾ ਫਾਲਸ ਨੂੰ ਤਿਰੰਗੇ ਦੇ ਰੰਗ ਵਿੱਚ ਰੰਗ ਦਿੱਤਾ ਗਿਆ, ਹੈ ਨਾ ਕਮਾਲ ਦੀ ਗੱਲ। ਅਤੇ ਦੂਸਰੇ ਪਾਸੇ ਨਿਊਯਾਰਕ ਦੇ ਵਿੱਚ ਵੀ ਇਸ ਡੇ ਨੂੰ ਸੈਲੀਬ੍ਰੇਟ ਕੀਤਾ ਗਿਆ। ਜਿੱਥੇ ਨਿਊਯਾਰਕ ਦੇ ਵਿੱਚ ਰਹਿ ਰਹੇ ਇੰਡੀਅਨ ਸਿਟੀਜ਼ਨਸ ਨੇ ਇਸ ਡੇ ਨੂੰ ਸੈਲੀਬ੍ਰੇਟ ਕੀਤਾ, ਉੱਥੇ ਹੀ ਨਿਊਯਾਰਕ ਗਵਰਨਮੈਂਟ ਨੇ ਅੰਪਾਇਰ ਸਟੇਟ ਬਿਲਡਿੰਗ ਨੂੰ ਵੀ ਤਿਰੰਗੇ ਦੇ ਰੰਗ ਵਿੱਚ ਰੰਗ ਦਿੱਤਾ। ਕਿਆ ਬਾਤ ਹੈ ਜੀ, ਸਾਰੇ ਇੰਡੀਅਨਸ ਲਈ ਤਾਂ ਇਹ ਮਾਣ ਵਾਲੀ ਗੱਲ ਹੈ। ਹੋਰ ਮਾਣ ਵਾਲੀ ਗੱਲ ਇਹ ਹੈ ਕਿ ਕੈਨੇਡਾ ਦੇ ਵਿੱਚ ਇੰਡੀਅਨ ਇੰਡੀਪੈਂਡੈਂਸ ਡੇ ਨੂੰ ਤਾਂ ਸੈਲੀਬ੍ਰੇਟ ਕੀਤਾ ਹੀ ਗਿਆ, ਨਾਲ ਦੇ ਨਾਲ ਕ੍ਰਿਸ਼ਨ ਜਨਮਅਸ਼ਟਮੀ ਨੂੰ ਵੀ ਮਨਾਇਆ ਗਿਆ। ਮੈਂ ਕਿਹਾ ਜੀ ਕੈਨੇਡਾ ਦੇ ਵਿੱਚ ਰਹਿ ਰਹੇ ਇੰਡੀਅਨ ਸਿਟੀਜ਼ਨਸ ਨੇ ਤਾਂ ਜ਼ੋਰਾਂ ਸ਼ੋਰਾਂ ਦੇ ਨਾਲ ਕ੍ਰਿਸ਼ਨ ਜਨਮਅਸ਼ਟਮੀ ਨੂੰ ਸੈਲੀਬ੍ਰੇਟ ਕੀਤਾ, ਅਤੇ ਉਹਨਾਂ ਦੇ ਨਾਲ ਸ਼ਾਮਿਲ ਹੋਏ ਜੀ ਲੋਕਲ ਸਿਟੀਜ਼ਨ ਵੀ। ਬਿਲਕੁਲ, ਤੁਸੀਂ ਯਕੀਨ ਨਹੀਂ ਕਰੋਗੇ, ਪਰ ਮੈਂ ਯਕੀਨ ਦਿਵਾਵਾਂਗੀ ਇਹ ਵੀਡੀਓ ਦਿਖਾ ਕੇ ਤੁਹਾਨੂੰ। ਚਲੋ ਦੇਖਦੇ ਹਾਂ ਕ੍ਰਿਸ਼ਨ ਜਨਮਅਸ਼ਟਮੀ ਦੀਆਂ ਕੁਛ ਝਲਕੀਆਂ। ये जैसे ये इवेंट्स हैं, जैसे जन्माष्टमी, दिवाली, होली, ये हम हमारे चिल्ड्रन को, हमारे हमारे बच्चों को ये सिखाता है कि हम लोग कहाँ से आए हैं। इट एक्चुअली एजुकेट्स देम अबाउट आवर कल्चर, वैल्यूज, जहाँ से हम आए हैं, एंड यू नो दे कीप ऑन रिस्पेक्टिंग दैट, सो दैट्स वेरी गुड, थैंक यू। ये बच्चों को कल्चर दिखाने में बहुत, बच्चों को अपनी सभ्यता दिखाने में बहुत आगे ये कवर मतलब वो करेगा, हेल्प कर रहा है, और बच्चों को हमारे सारे संस्कार मिलते हैं कि कैसे जन्माष्टमी, कृष्ण जी का जन्म सब कैसे मनाना है, सब बच्चों को पता चलता है। बहुत बढ़िया लगा, मैं तो यहाँ टूरिस्ट आई हूँ, लेकिन बहुत अच्छा लगा मेरे को। हम हमेशा इंडिया में होते हैं, इस बार मेरे को यहाँ आके बहुत बढ़िया लगा। मैं बस हाल ही 2 हफ्ते पहले आया सी कैनेडा, ਮੈਂ ਆਪਣੀ ਯੂਨੀਵਰਸਿਟੀ ਸਟਾਰਟ ਕਰ ਰਿਹਾ ਸੀ ਸਪਟੈਂਬਰ ਕੋਲ, ਤੋ ਯਹਾਂ ਮੰਦਿਰ ਆਇਆ ਜਨਮਾਸ਼ਟਮੀ ਦੇ ਮੂਹਰਤ 'ਤੇ, ਬਹੁਤ ਬੜੀਆ ਹੈਗਾ। ਇੰਡੀਆ ਲੱਗ ਰਿਹਾ ਕਿ ਆਪਣੇ ਇੰਡੀਆ ਵਿੱਚ ਹੂੰ, ਨਾਲ ਲੋਕ ਹੈਗੇ, ਬੜਾ ਅੱਛਾ ਲੱਗ ਰਿਹਾ ਹੈਗਾ, ਲੱਗ ਰਿਹਾ ਕਿ ਬਿਲਕੁਲ ਵੀ ਇੰਡੀਆ ਸੇ ਦੂਰ ਨਹੀਂ ਹੂੰ। ਸਭ ਕੋ ਇੰਡੀਆ ਮੇਂ ਜਨਮਾਸ਼ਟਮੀ ਕੀ ਬਹੁਤ ਬਹੁਤ ਮੁਬਾਰਕ। ਹੁਣ ਚੱਲਦੇ ਹਾਂ ਸਿੱਧਾ ਕੈਨੇਡਾ ਤੋਂ ਦਿੱਲੀ, ਜਿੱਥੇ ਪੰਜਾਬੀਆਂ ਦੇ ਲਈ ਇੱਕ ਖਾਸ ਪ੍ਰੋਗਰਾਮ ਔਰਗਨਾਈਜ਼ ਕੀਤਾ ਗਿਆ ਸੀ, ਜਿਹਦਾ ਨਾਂ ਸੀ ਜਵੈਲਸ ਆਫ ਪੰਜਾਬ। ਇਸ ਪ੍ਰੋਗਰਾਮ ਦੇ ਵਿੱਚ 19 ਕੰਟਰੀਜ਼ ਤੋਂ ਉਹ ਪੰਜਾਬੀ ਆਏ ਸਨ ਜਿਨ੍ਹਾਂ ਨੇ ਆਪਣੀ ਫੀਲਡ ਦੇ ਵਿੱਚ ਕੋਈ ਖਾਸ ਮੁਕਾਮ ਹਾਸਿਲ ਕੀਤਾ ਹੋਵੇ। ਅਤੇ ਇਹਨਾਂ ਪੰਜਾਬੀਆਂ ਨੂੰ ਸਨਮਾਨਿਤ ਕੀਤਾ ਜੀ ਸਾਡੇ ਫਾਰਮਰ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਅਤੇ ਏਅਰ ਚੀਫ ਮਾਰਸ਼ਲ ਮਿਸਟਰ BS ਧਨੋਆ ਜੀ ਨੇ, ਹੈ ਨਾ ਕਮਾਲ ਦੀ ਗੱਲ। ਅਤੇ ਸਿੱਧਾ ਦਿਖਾਉਂਦੇ ਹਾਂ ਤੁਹਾਨੂੰ ਜਵੈਲਸ ਆਫ ਪੰਜਾਬ। ਥੈਂਕ ਯੂ ਸੋ ਮਚ। ਇਹਨਾਂ ਨੇ ਕੀਤਾ ਹੈਗਾ, ਇਹਦੇ ਨਾਲ ਸਾਰਿਆਂ ਨੂੰ ਇਕੱਠਾ ਕਰਕੇ ਦਿਖਾਇਆ ਜਾਏ ਤਾਂ ਕਿ ਯੰਗ ਲੋਕਾਂ ਨੂੰ ਪਤਾ ਲੱਗੇਗਾ ਕਿ ਨਥਿੰਗ ਇਜ਼ ਇੰਪੋਸੀਬਲ, ਸਕਾਈ ਇਜ਼ ਦ ਲਿਮਿਟ, ਇਟ ਆਲ ਡਿਪੈਂਡਸ ਅਪੋਨ ਹਾਉ ਹੰਗਰੀ ਯੂ ਆਰ। ਮੇਰੇ ਲਈ ਵੀ ਇੱਕ ਬਹੁਤ ਵੱਡੀ ਓਪਰਚੁਨਿਟੀ ਹੈ ਕਿ ਮੈਂ ਵੀ ਉਹਨਾਂ 19 ਕੰਟਰੀਜ਼ ਦੇ ਜਿਹੜੇ ਪੰਜਾਬੀ ਜੇਵਲਸ ਟੋਟਲ ਨੰਬਰ ਆਫ ਦਾ ਹੰਡਰਡਸ ਉਹਨਾਂ ਨੇ ਸਿਲੈਕਟ ਕੀਤੇ ਨੇ, ਸੋ ਉਹਦੇ ਵਿੱਚ ਇੱਕ ਇਸ ਤਰ੍ਹਾਂ ਮੈਨੂੰ ਮਤਲਬ ਕਿ ਮਾਣ ਪ੍ਰਾਪਤ ਹੋਇਆ ਅਤੇ ਬਹੁਤ ਹੀ ਅੱਛਾ ਹੈ, ਤਾਂ ਕਿ ਸਾਡੇ ਉਹਨਾਂ ਪੰਜਾਬੀਆਂ ਨੂੰ ਜਿਹੜੇ ਪੰਜਾਬੀ ਸਭ ਤੋਂ ਬਹੁਤ ਦੂਰ ਬੈਠੇ ਨੇ। ਆਮ ਪਾਰਟ ਆਫ ਦਿਸ ਬਿਗ ਆਸਪੀਸ਼ੀਅਸ ਪ੍ਰੋਗਰਾਮ ਰਿਪ੍ਰੈਜੈਂਟਿੰਗ ਦ ਜਵੈਲਸ ਆਫ ਪੰਜਾਬ, ਇਟਸ ਗ੍ਰੇਟ ਆਨਰ। ਹੁਣ ਬੜੀ ਖੁਸ਼ੀ ਕਿ ਅਸੀਂ ਸਾਰੇ ਪੰਜਾਬੀ ਮਿਲ ਕੇ ਅਸੀਂ ਮਾਣ ਸ਼ਾਨ ਬਾਨ ਵਡਾਵਾਂਗੇ ਪੰਜਾਬੀਆਂ ਨੂੰ।
मैं तो बड़ा खुश होना कि जिथे भी कोई पंजाबी है उसकी तारीफ करे, पी टी सी हिम्मत करे कि बाकियों होरों ने भी दिखाए। सो ये सब तो चंगा काम जो कर रहा और एक किताब करके रिलीज़ दिस इज़ आई एप्रीशिएट। डॉक्टर मनमोहन सिंह जी वर्गे प्राइम मिनिस्टर हिंदुस्तान दे रहे जिन्होंने बड़ा नाँ किया है और बड़ा इस मुल्क दुनिया के अपना नाँ किया, तो बड़ा वड्डा समागम से मैं अज के दिन बहुत बड़ी मुबारकबाद दे। मेन साडा ये है कि जे अज पंजाब का नौजवान उन्हूं प्रेरित करन लई और वो समाजिक कुरीतियां नूं छड़ के ये रोल मॉडल नूं फॉलो करे, तो नाल ही जिहड़े पंजाबीज़ वर्ल्ड ओवर है उन्होंने असी रिकोगनाइज़ करिए, हू आर सैल्फ मेड पंजाबीज़, हू हैव मेड इंडिया प्राउड एंड हू आर रियल ज्यूल्स ऑफ पंजाब। सीधा दिल्ली तो चमकौर साहब जिथे तियां दा त्यौहार बड़ी धूमधाम नाल मनाया गया। पंजाब आर्ट्स कौंसल वालों ऑर्गेनाइज इस फंक्शन दे विच शिरकत कीती लेजेंडरी सिंगर गुरमीत बावा जी ते उहनां दीआं दो बेटियां ने। गुरमीत बावा जी ते उहनां दी बेटियां ने इन्ना सोहणा परफॉर्म किया कि उत्थे मौजूदा हर शख्स नच्चण नूं मजबूर हो गया, ते उहनां दे नाल नाल कौर बी ने भी अपने गाने दे नाल रंग बन्निया। चलो फिर देखदे हां इस प्रोग्राम दीआं कुछ झलकियां। ਦੇਖੋ ਜੀ, ਇਹ ਤਾਂ ਇੱਕ ਜਿਹੜਾ ਸਤਿੰਦਰ ਸੱਚੀ ਜੀ ਨੇ ਇਹ ਉਪਰਾਲਾ ਕੀਤਾ, ਇਹ ਬਹੁਤ ਅੱਛਾ ਕੀਤਾ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ, ਜਿਵੇਂ ਕਿ ਸਾਡਾ ਮਿਲ ਵਰਤਨ ਵੱਧਦਾ ਹੈ, ਸਾਡਾ ਮਤਲਬ ਜਿਵੇਂ ਯੂਥ ਦੇ ਕਲਾਕਾਰ ਨੇ ਉਹਨਾਂ ਨੂੰ ਪਤਾ ਲੱਗਦਾ ਹੈ ਤੀਆਂ ਕੀ ਹੁੰਦੀਆਂ ਸੀ, ਤੀਆਂ ਕਿਵੇਂ ਮਨਾਈਆਂ ਜਾਂਦੀਆਂ ਸੀ। ਇਹ ਤੀਆਂ ਦਾ ਇਹ ਤਿਉਹਾਰ ਸੀਗਾ ਕਿ ਜਿਨ੍ਹਾਂ ਦੇ ਪਿੰਡਾਂ ਦੇ ਲਾਗੇ ਨਹਿਰਾਂ ਸੀ ਅਤੇ ਨਹਿਰਾਂ 'ਤੇ ਜਾ ਕੇ ਕੁੜੀਆਂ ਨੇ ਆਪਣਾ ਪੇੜ ਬਣਾ ਲੈਣਾ ਅਤੇ ਨੱਚਣਾ, ਅਤੇ ਇੱਕ ਪਾਸੇ ਮੁੰਡਿਆਂ ਨੇ। ਸਾਵਣ ਦੇ ਵਿੱਚ ਆਮ ਕੁੜੀਆਂ ਸਹੁਰਿਆਂ ਤੋਂ ਆਉਂਦੀਆਂ ਨੇ, ਪਹਿਲੀ ਵਾਰ ਜਿਹੜਾ ਪਹਿਲਾ ਸਾਵਣ ਹੁੰਦਾ ਉਹਦੇ ਵਿੱਚ ਕੁੜੀਆਂ ਸਹੁਰੇ ਨਹੀਂ ਜਾਂਦੀਆਂ, ਕਿਉਂਕਿ ਉਹਦੇ ਵਿੱਚ ਮਤਲਬ ਉਹ ਭਰਾ ਜਾ ਕੇ ਤੂੰ ਉਹਨਾਂ ਨੂੰ ਲੈ ਆਉਂਦੇ ਆ, ਅਤੇ ਉਹ ਤੀਆਂ ਇਸ ਤਰ੍ਹਾਂ ਮਨਾਉਂਦੀਆਂ ਨੇ ਆਣ ਕੇ ਆਪਣੇ ਦਿਲ ਦੇ ਵਲਵਲੇ, ਆਪਣੇ ਸਹੁਰੇ ਦੇ, ਆਪਣੇ ਸਹੁਰਾ ਕਿਹੋ ਜਿਹਾ, ਮੇਰਾ ਪਤੀ ਕਿਹੋ ਜਿਹਾ, ਮੇਰੀ ਸੱਸ ਕਿਹੋ ਜਿਹੀ, ਮੇਰੀ ਨੰਦ ਕਿਵੇਂ, ਉਹਦਾ ਮਤਲਬ ਕਿਵੇਂ ਸੁਭਾਅ ਮੇਰੇ ਨਾਲ ਸੀ। ਹਾਂਜੀ, ਕਮਾਲ ਸੀ ਫਿਰ ਤੀਆਂ ਦਾ ਤਿਉਹਾਰ। ਅਰੇ ਜਨਾਬ, ਕਮਾਲ ਤਾਂ ਜੇ ਬਾਕੀ ਹੈ, ਉਹ ਕਮਾਲ ਹੈ ਮਜ਼ੇਕ ਮਿਊਜ਼ਿਕ ਫੈਸਟੀਵਲ 2017 ਮਿਸੀ ਸਾਗਰ ਦੇ ਵਿੱਚ। ਦੋ ਦਿਨ ਚੱਲੇ ਇਸ ਮਿਊਜ਼ਿਕ ਫੈਸਟੀਵਲ ਦੇ ਵਿੱਚ ਪਹਿਲੀ ਵਾਰ ਕਿਸੇ ਇੰਡੀਅਨ ਮਿਊਜ਼ਿਕ ਬੈਂਡ ਨੂੰ ਐਂਟਰੀ ਮਿਲੀ, ਅਤੇ ਉਸ ਇੰਡੀਅਨ ਮਿਊਜ਼ਿਕ ਬੈਂਡ ਦਾ ਨਾਮ ਹੈ ਮ੍ਰਿਗਿਆ। ਹੈ ਨਾ ਕਮਾਲ ਵਾਲੀ ਗੱਲ। ਚਲੋ ਜਾਣਦੇ ਹਾਂ ਕਿ ਇਸ ਮਿਊਜ਼ਿਕ ਬੈਂਡ ਨੂੰ ਕਿੱਦਾਂ ਦਾ ਲੱਗਾ ਇਸ ਫੈਸਟੀਵਲ ਦੇ ਵਿੱਚ ਐਂਟਰੀ ਕਰਕੇ। ਇਸ ਸਾਲ ਮਜ਼ਾਕ ਮਿਊਜ਼ਿਕ ਫੈਸਟੀਵਲ ਦੇ ਵਿੱਚ ਇੰਡੀਅਨ ਵਰਲਡ ਫਿਊਜ਼ਨ ਮਿਊਜ਼ਿਕ ਬੈਂਡ ਮ੍ਰਿਗਿਆ ਵੱਲੋਂ ਪਹਿਲੀ ਵਾਰੀ ਆਪਣੀ ਪਰਫਾਰਮੈਂਸ ਦਿੱਤੀ ਜਾ ਰਹੀ ਹੈ ਕਿ ਖਾਸ ਕੈਨੇਡੀਅਨਸ ਲਈ ਇਹ ਬੈਂਡ ਪਰਫਾਰਮ ਕਰੇਗਾ। ਆਓ ਗੱਲਬਾਤ ਕਰਦੇ ਹਾਂ ਬੈਂਡ ਦੇ ਕੁਝ ਮੈਂਬਰਸ ਦੇ ਨਾਲ। ਹਾਈ, ਵੈਰੀ ਵਾਰਮ ਵੈਲਕਮ ਟੂ ਪੀਟੀਸੀ ਪੰਜਾਬੀ। ਦਿਸ ਇਜ਼ ਦ ਫਸਟ ਟਾਈਮ ਯੂ ਗਾਈਜ਼ ਆਰ ਪਰਫਾਰਮਿੰਗ ਇਨ ਕੈਨੇਡਾ। ਹਾਓ ਐਕਸਾਈਟਿਡ ਯੂ ਆਰ? All right, we aren't exactly performing in Canada for the first time, but yeah, this side of Canada, yes. Our first performance was in 2012 at the Vancouver Folk Festival, but after that, this is the first time, so this side of the country. So it's amazing. I mean, you get to see a completely different vibe, or mazey ki baat yeh hai ki Hindustani culture yahan pe itna strong hai ki kabhi wo hame ye culture Hindustan mein bhi dekhne ko nahi milta kabhi kabhar. It's a very strong Indian community, and they're doing a great thing. Especially the festivals like this, which is showing the Indian culture, so I think it's awesome. Aap samjhana chahenge Canadians ke liye aap pehli bari perform kar rahe hain, kya khaas unke liye aaj yahan performance di jayegi? Well, hamare paas jo material hai band ka, we have two albums out, so we're going to be doing songs from those two albums. Plus, you know, I mean, the beauty of this tour is that we have a singer from Punjab, Moga, traveling with us, mm-hmm. Jagtinder Singh Sidhu.
and he's doing some stuff coming from Punjab. So Punjab raga wahan ke jo hain aur uski jo taleem hai wo Punjab ki hai aur plus hamara jo influence hai Indian classical music aur ye sab with a lot of influence from rock jazz and all of that mixed with Indian classical. So we have some special songs for this tour. Yeah, पर यहाँ पे क्या है कि ये कोई आइडिया लेके आए मैं कोई आइडिया लेके कुछ भी हो ना इट वॉज एन ओपन माइंडेड प्लेटफॉर्म एवरीबडी वुड जस्ट कम शेयर देयर आइडियाज और जिसको जो अच्छा लगे वो बजा रहे हैं कोई रोक टोक नहीं वी डोंट प्ले कवर्स वी डोंट प्ले बॉलीवुड वी डोंट प्ले एनीथिंग वी जस्ट प्ले आवर ओन म्यूजिक कवर्स बजाना मुश्किल है ना क्योंकि सुन के सीखना पड़ता है यहाँ पे जाके खुद अपने मन में जो आ रहा है वो बजाओ और सब लोग खुश हो जाते हैं इट्स ऑलवेज वी क्रिएट ऑन द स्पॉट वी क्रिएट ऑन सॉन्ग द कॉन्सर्ट दैट वी प्ले अब्रॉड they might not be understanding those ragas or whatever but the kind of mix that we give them the fusion sound they love it aapka jo audience hai wahan pe uska dharm mazhab aur apna personal matter sab chhod ke aata he is just there or she is just there to enjoy the music and as artists we are just there to create and perform we are playing tomorrow we are off to Ottawa we are playing in Chesterville then Montreal and then we are playing the very special concert at the High Commission in Ottawa and do you want to give any message to our viewers well keep watching PTC PTC plays great music and keep enjoying the music keep the force strong and just have a good time basically thank you so much for joining us it was really a pleasure interviewing you and we wish you all the best for your future thank you कमाल कमाल दी अपडेट्स तो बाद हुण वेला हो गया जी एक छोटी जी ब्रेक दा पर तुसी किते ना जायो क्योंकि साडे कोल बहुत कुछ बाकी है थोड़े लिए पहला तो मुलाकात करावांगी थोड़ी हर्फ चीमा दे नाल उस तो बाद लैके चलूंगी थानू जोरा 10 नंबर या दी स्टार कास्ट दे कोल मैं कहया जी जल्दी जल्दी वापस आओ स्टे ट्यून्ड वेलकम बैक है जी मेरी घेंट जी ऑडियंस दा थोड़े अपने घेंट जे शो दे विच जिहदा नाम है पंजाबी दिस वीक चलो जी हुण गल करदे आं कुड़ियां दी फेवरेट चीज़ दी केड़ी जी सही पछाणिया कपड़े ड्रेसिस दिल कर रहा जी थोड़ा नवी नवी ड्रेसिस देखण दा हाय रब्बा मेरा तो बहुत दिल कर रहा चलो फिर जल्दी जल्दी चलते हैं दिल्ली जिथे सुरभि देओल ने अपना कलैक्शन लॉन्च किया कमाल दियां ड्रेसिस सी जी मज़ा ही आ गया देख के तुसी भी देखो हैव अ लुक पसंद आई कोई ड्रेस मज़ा आया ड्रेसिस देख के मैं तो बहुत मज़ा आया पर हुण वेला हो गया जी कित्थे जाण दा जोरा 10 नंबर या दी स्टारकास्ट दे कोल जाण दा पर उस तो पहला मैं तुहानू दस दवां कि इस फिल्म दे विच मेन लीड ते रोल प्ले कर रहे ने दीप सिद्धू जी ते साडे सब दे फेवरेट धर्मिंदर जी भी होणगे इस फिल्म दे विच है ना कमाल वाली गल चलो असीं फिर जाके मिलदे जोरा 10 नंबर या दी स्टारकास्ट छोटे हुंदे नूं मां कहिंदी हुंदी सी कि खेडण वेले किते दूर ना भग जी ਵਾਚ ਦੇਗਾ ਤੇ ਮੈਂ ਵੱਡਾ ਹੋ ਕੇ ਉਹਨਾਂ ਰਿਸ਼ਤਿਆਂ ਤੋਂ ਇੰਨੀ ਦੂਰ ਆ ਗਿਆ ਕਿ ਸੱਚੀ ਗਵਾਚ ਗਿਆ ਮੇਰੀ ਫਿਲਮ ਪੋਲਿਟਿਕਸ ਕਾਨੂੰਨ ਔਰ ਗੈਂਗਸਟਰ ਨੇ ਜਿਹੜੇ ਇਤਨਾਂ ਦਾ ਜਿਹੜਾ ਆਪਸੀ ਜਿਹੜਾ ਇੱਕ ਕਨੈਕਸ਼ਨ ਆ ਅੰਤਰ ਸੰਬੰਧ ਹੈ ਜਿਹੜਾ ਇਹਨਾਂ ਦਾ ਉਹਦੇ ਬਾਰੇ ਆ ਇਹ ਫਿਲਮ ਨਾ ਹੀਰੋ ਦੀ ਫਿਲਮ ਨਹੀਂ ਗੀ ਇਹਦੇ 'ਚ ਹੀਰੋ ਕੋਈ ਨਹੀਂ ਗਾ ਸਬਜੈਕਟ ਹੀਰੋ ਆ ਇਹਦੇ 'ਚ ਜੋਰਾ ਵੀ ਕਰੈਕਟਰ ਆ ਇਹਦੇ 'ਚ ਜੱਗਾ ਬਾਈ ਵੀ ਕਰੈਕਟਰ ਆ ਇਹਦੇ 'ਚ ਤੇਜਾ ਔਲਖ ਵੀ ਕਰੈਕਟਰ ਆ ਇਹਦੇ 'ਚ ਸ਼ੇਰਾ ਰਾਠੌੜ ਵੀ ਕਰੈਕਟਰ ਆ ਸਾਰੇ ਹੀ ਕਰੈਕਟਰ ਨੇ ਔਰ ਮਿਹਨਤ ਇੰਨੀ ਹੋਈ ਆ ਕਿ ਸਾਰੇ ਆਪਣੀ ਆਪਣੀ ਥਾਂ 'ਤੇ ਬਹੁਤ ਵਧੀਆ ਨੇ ਤੇਰੀ ਅਤੇ ਮੇਰੀ ਵਿਚਾਲੀ ਪੌੜੀ 'ਤੇ ਸ਼ੇਰਾ ਰਾਠੌੜ ਖੜਾ ਹੈ ਤਾਂ ਮੁਕਲ ਦੇ ਨਾਲ ਸੀ ਜਿਹੜਾ ਮੁਕਲ ਦੇ ਨਾਲ ਇਹ ਸੀ ਵੀ ਇੱਕ ਫਰੈਂਡਸ਼ਿਪ ਜਾਂ ਅਸੀਂ ਵੈਸੇ ਹੀ ਇੰਨਾ ਹੱਸ ਖੇਡ ਲਏ ਸੀ ਵੀ ਉਹ ਇੱਕ ਕੰਫਰਟ ਲੈਵਲ ਡੈਫੀਨੇਟਲੀ ਸੀ ਹੀ ਸੱਚ ਅ ਗ੍ਰੇਟ ਗਾਏ ਐਂਡ ਆਈ ਆਲਵੇਜ਼ ਸੇ ਹੀ ਇਜ਼ ਅ ਵੈਰੀ ਨੈਚੁਰਲ ਐਕਟਰ ਆਈ ਮੀਨ ਆਈ ਐਡਮਾਇਰ ਹਿਜ਼ ਵਰਕ ਦ ਵੇ ਹੀ ਇਜ਼ ਡਨ ਐਂਡ ਸਪੈਸ਼ਲੀ ਯਮਲਾ ਪਗਲਾ ਆਈ ਥਿੰਕ ਹੀ ਵਾਜ਼ ਫੈਨੋਮੀਨਲ
ਸਾਰੇ ਹੀ ਡਾਇਲੋਗ ਮੂਵੀ ਦੇ ਕਮਾਲ ਆ। ਜਦੋਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਪਤਾ ਲੱਗੂ ਵੀ ਪੰਜਾਬ ਦੇ ਜਿਹੜੇ ਆਪਣੇ, ਤੁਹਾਨੂੰ ਪਤਾ ਉੱਥੇ ਜਿਹੜੇ ਆਪਣੇ ਮੁੰਡੇ ਆ ਸਾਰੇ, ਉਹ ਸਾਰੇ ਡਾਇਲੋਗ ਇੱਕ ਦੂਜੇ ਨੂੰ ਮਾਰਿਆ ਕਰਨਗੇ। ਤੂੰ ਭੌਂਕਦਾ ਬਹੁਤ ਆ ਥਾਣੇਦਾਰਾ, ਪਰ ਇੱਥੋਂ ਹੁੰਦਾ ਕੁਛ ਨਹੀਂ। ਮੈਨੂੰ ਲੱਗਦਾ ਕਿ ਪੰਜਾਬ ਨੂੰ ਖਾਸ ਕਰ ਰੀਅਲਿਸਟਿਕ ਸਿਨੇਮਾ ਦੀ ਬਹੁਤ ਲੋੜ ਹੈ ਅੱਜ ਦੀ ਤਰੀਕ 'ਚ। ਅਤੇ ਦੂਜੀ ਗੱਲ, ਜਿਹੜਾ ਮੇਰਾ ਕੈਰੈਕਟਰ ਹੈ ਉਹ ਵੀ ਬੜਾ ਇੰਟਰਸਟਿੰਗ ਸੀ। ਬਦਮਾਸ਼ ਤਾਂ ਨਹੀਂ ਕਹਿ ਸਕਦੇ, ਪਰ ਹਾਂ ਬਦਮਾਸ਼ ਤੋਂ ਇੱਕ ਸਟੇਜ ਉੱਤੇ ਜੇ ਤੁਸੀਂ ਜਾਓ, ਆਪਣੀ ਛੋਟਾ ਜਿਹਾ ਦਾ ਆਪਣਾ ਗੈਂਗ ਹੈਗਾ, ਉਹਦਾ ਲੀਡਰ ਹੈ। ਜੇ ਲੰਬੀ ਦੌੜ ਦੌੜਨਾ ਚਾਹੁੰਦਾ ਤਾਂ ਫਿਰ ਹਥਿਆਰ ਨਾ ਬਣੋ, ਗੁੰਡੇ ਅਤੇ ਗੋਰੀਲੇ 'ਚ ਬੜਾ ਫਰਕ ਹੁੰਦਾ ਹੈ। ਸ਼ਹਿ ਅਤੇ ਮਾਤ। ਸੋ ਹੁਣ ਵੇਲਾ ਹੋ ਗਿਆ ਜੀ ਖਾਸ ਮੁਲਾਕਾਤ ਦਾ ਸਾਡੇ ਅੱਜ ਦੇ ਸਪੈਸ਼ਲ ਗੈਸਟ ਦੇ ਨਾਲ, ਵੈਰੀ ਟੈਲੈਂਟਿਡ ਹਰਫ ਚੀਮਾ ਜੀ। ਮੈਨੂੰ ਪੁੱਛਿਆ, ਤੁਸੀਂ ਤਾਂ ਨਾ ਹੀ ਪੁੱਛਿਓ, ਪਰ ਮੈਂ ਫਿਰ ਵੀ ਜਾਨਣਾ ਚਾਹਾਂਗੀ, ਥੋੜੇ ਜ਼ਰੂਰ ਦੱਸਿਓ ਕਿ ਤੁਹਾਡੇ ਨਾਮ ਦਾ ਮਤਲਬ। ਅਰਥ ਸ਼ਬਦ ਦਾ ਜੀ, ਹਰਫ ਦਾ ਜੀ, ਰਾਈਟ, ਹਾਂਜੀ, ਇੱਕ ਲੈਟਰ, ਹਾਂਜੀ ਹਾਂਜੀ। ਕਿਆ ਬਾਤ ਹੈ ਜੀ, ਤੁਸੀਂ ਇਸ ਲੈਟਰ ਨੂੰ ਕਿੱਦਾਂ ਵੀ ਜੋੜ ਲਓ, ਜਿੱਦਾਂ ਤੁਹਾਨੂੰ ਚੰਗਾ ਲੱਗੇ। ਅਤੇ ਹੁਣ ਮੈਂ ਗੱਲ ਕਰਾਂਗੀ, ਤੁਸੀਂ ਲਿਖਦੇ ਬਹੁਤ ਵਧੀਆ, ਇਹ ਤਾਂ ਸਭ ਨੂੰ ਪਤਾ। ਅਤੇ ਫਿਰ ਤੁਸੀਂ ਹੁਣ ਗਾਉਣਾ ਵੀ ਸ਼ੁਰੂ ਕੀਤਾ ਨਾਲ, ਹਾਂਜੀ ਹਾਂਜੀ, ਹੈ ਨਾ, ਪਹਿਲਾਂ ਵੀ ਗਾਉਂਦੇ ਹੋਵੋਗੇ। ਹੋਰ ਤੁਹਾਡੇ 'ਚ ਕਿਹੜੇ ਕਿਹੜੇ ਟੈਲੈਂਟ ਲੁਕੇ ਹੋਏ ਨੇ, ਸਾਡੀ ਆਡੀਅੰਸ ਨੂੰ ਦੱਸੋ ਕਿ ਹਰ ਹੋਰ ਕੀ ਕਰ ਸਕਦੇ ਨੇ। ਹੋਰ ਤਾਂ ਜੀ ਬਸ ਲਿਖਦੇ ਹਾਂ, ਗਾਉਂਦੇ ਹਾਂ, ਅਤੇ ਬਾਕੀ ਕਿਤਾਬਾਂ ਪੜ੍ਹਦਾ ਜੀ ਮੈਂ, ਜਿੰਮ ਕਰ ਲੈਂਦੇ ਹਾਂ ਹੁਣ, ਜਿਹੜਾ ਨਵਾਂ ਸ਼ੌਂਕ ਆ ਅਤੇ ਬਸ ਆਹੀ ਹੋਵੇਗੀ। ਘੁੰਮਣਾ ਵਧੀਆ ਲੱਗਦਾ। ਜੇ ਮੈਂ ਪੁੱਛਾਂ ਤੁਹਾਨੂੰ ਕਿਹੜੀ ਕਿਹੜੀ ਜਗ੍ਹਾ ਤੁਹਾਡੀ ਫੇਵਰੇਟ ਕੋਈ ਘੁੰਮਣ ਦੀ ਜਗ੍ਹਾ? ਯੂਕੇ ਵਧੀਆ ਲੱਗਦਾ। ਤੇ ਹੁਣ ਜਿਵੇਂ ਗੱਲ ਕਰ ਰਹੇ ਸੀ ਆਪਾਂ ਲਿਖਣ ਦੀ, ਕਿ ਤੁਸੀਂ ਖੁਦ ਬਹੁਤ ਵਧੀਆ ਰਾਈਟਰ ਹੋ, ਤੇ ਕਿਹੜੇ ਰਾਈਟਰ ਨੇ ਜਿਹੜੇ ਤੁਹਾਨੂੰ ਬਹੁਤ ਪਸੰਦ ਨੇ, ਤੁਹਾਨੂੰ ਉਹਨਾਂ ਨੂੰ ਪੜ੍ਹਨਾ ਚੰਗਾ ਲੱਗਦਾ? ਜੇ ਤਾਂ ਲਾਈਕ ਲਿਟਰੇਚਰ ਦੇ ਆਪਾਂ ਦੇਖੀਏ ਉਹ ਤੋਂ ਬਿਹਾਫ ਤੋਂ, ਫਿਰ ਤਾਂ ਸ਼ਿਵ ਪਾਸ਼ ਪਾਤਰ ਸਾਹਿਬ ਅੱਜ ਦੀ ਦੌਰ 'ਚ, ਡਾਕਟਰ ਜਗਤਾਰ, ਸਾਰੇ ਵਧੀਆ ਨੇ। ਪਰ ਜੇ ਆਪਾਂ ਗੀਤਕਾਰੀ 'ਚ ਦੇਖੀਏ, ਕਿਉਂਕਿ ਆਪਾਂ ਗੀਤ ਲਿਖਦੇ ਹਾਂ, ਫਿਰ ਬਾਬੂ ਸਿੰਘ ਮਾਨ ਹੋਣੀ ਬਹੁਤ ਸਿਰਮੌਰ ਗੀਤਕਾਰ ਨੇ ਜੀ ਪੰਜਾਬੀ ਜ਼ੁਬਾਨ ਦੇ। ਅਤੇ ਮੈਂ ਹੁਣ ਜਾਣਨਾ ਚਾਹਾਂਗੀ ਕਿ ਜਿਵੇਂ ਤੁਸੀਂ ਇਹ ਦੱਸਿਆ ਤੁਸੀਂ ਲਿਖਦੇ ਹੋ, ਹਾਂਜੀ, ਹੈ ਨਾ, ਤੁਸੀਂ ਬੜਾ ਸੈਂਸਿਟਿਵ ਵੀ ਲਿਖਦੇ ਹੋ ਅਤੇ ਰੋਮਾਂਟਿਕ ਵੀ ਲਿਖਦੇ ਨੇ, ਤੁਸੀਂ ਸਾਰਿਆਂ ਨੇ ਇਹਨਾਂ ਦੇ ਗਾਣੇ ਸੁਣੇ ਨੇ, ਅਤੇ ਹੁਣ ਜਾਣਨਾ ਚਾਹਾਂਗੀ ਕਿ ਹਰਫ ਜੀ ਰੀਅਲ ਲਾਈਫ ਦੇ ਵਿੱਚ ਵੀ ਰੋਮਾਂਟਿਕ ਨੇ ਜਾਂ ਨਹੀਂ? ਘੱਟਾਂ ਰੋਮਾਂਟਿਕ ਘੱਟ ਨੇ ਜੀ, ਕਿਉਂ ਘੱਟ ਗਏ ਹੋ ਤੁਸੀਂ? ਫਿਰ ਤੁਸੀਂ ਇੰਨਾ ਸੋਹਣਾ ਕਿੱਦਾਂ ਲਿਖ ਲੈਂਦੇ ਹੋ? ਚਲੋ ਜਦੋਂ ਇੱਕ ਬੰਦਾ ਜਿਵੇਂ ਪ੍ਰੈਕਟਿਸ ਇੰਨੀ ਹੋ ਜਾਂਦੀ ਆ, ਜਿਵੇਂ ਮੈਨੂੰ 15-16 ਸਾਲ ਹੋ ਗਏ ਲਿਖਦੇ ਨੂੰ ਆਲਮੋਸਟ, ਅਤੇ ਉਹ ਜਿੰਨੀਆਂ ਕਿਤਾਬਾਂ ਪੜ੍ਹਦੇ ਹਾਂ ਅਤੇ ਪੇਸ਼ੇ ਬਿਆਨ ਵਧੀਆ ਹੋ ਜਾਂਦਾ। ਮਤਲਬ ਬੰਦੇ ਨੂੰ ਲਿਖਣਾ ਇਹ ਲੱਗਦਾ ਵੀ ਕੋਈ ਵਰਡ ਬੋਲ ਦਿਉ ਤਾਂ ਉਹਦੇ ਲਿਖਿਆ ਜਾਊਗਾ, 15 ਮਿੰਟਾਂ 'ਚ ਹਾਰਡਲੀ, 10 ਮਿੰਟਾਂ 'ਚ ਗਾਣਾ ਲਿਖਿਆ ਜਾਊ, ਕੋਈ ਵੱਡਾ ਇਸ਼ੂ ਨਹੀਂ। ਅਤੇ ਬਸ ਇਹ ਹੁੰਦਾ ਕਈ ਵਾਰੀ ਜਿੱਦਾਂ ਦੀਆਂ ਭਾਵਨਾਵਾਂ 'ਚ ਭੇਜੇ ਹੁੰਦੇ ਹਾਂ ਅਤੇ ਉਹ ਲਿਖ ਦਿੰਦੇ ਹਾਂ, ਪਰ ਊਂ ਇਹ ਨਹੀਂ ਹੈਗਾ ਵੀ ਨੋਰਮਲ ਲਾਈਫ 'ਚ ਹਾਂ ਵੀ ਰੋਮੈਂਟਿਕ ਹੀ ਤੁਰੇ ਫਿਰਦੇ ਰਹਿਣੇ ਵੀ ਹਾਂ ਇੱਦਾਂ, ਅਤੇ ਉਹ ਨਹੀਂ ਹੈਗਾ। ਉਹ ਨਹੀਂ ਹੈਗੇ ਜੀ, ਰੋਮੈਂਟਿਕ ਨਹੀਂ, ਪਰ ਲਿਖਦੇ ਬਹੁਤ ਸੋਹਣਾ ਨੇ। ਅਤੇ ਹੁਣ ਮੈਂ ਗੱਲ ਕਰਾਂਗੀ ਲਿਖਣਾ ਗਾਉਣਾ, ਅਤੇ ਜੇ ਐਕਟਿੰਗ ਬਾਰੇ ਗੱਲ ਕਰੀਏ ਕਿ ਕੀ ਵਿਚਾਰ ਹੈਗਾ ਤੁਹਾਡਾ ਵੀ ਫਿਲਮਾਂ 'ਚ ਜਾਣ ਦਾ? ਨਹੀਂ ਨਹੀਂ ਨਹੀਂ, ਹਲੇ ਕੋਈ ਵਿਚਾਰ, ਤੋਬਾ 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 ਵੀ ਨਹੀਂ, ਪਰ ਵਿਚਾਰ ਕੋਈ ਨਹੀਂ। ਓਕੇ, ਹਾਂਜੀ ਹਾਂ, ਪਹਿਲਾਂ ਹੁਣ ਇਹ ਕੰਮ 'ਤੇ ਕੰਸਨਟ੍ਰੇਟ ਕੀਤਾ ਹੋਇਆ ਜੀ, ਅਤੇ ਕਿਉਂਕਿ ਮੈਂ ਮੇਰੀ ਪ੍ਰੋਬਲਮ ਰਹੀ ਹੈ, ਸਾਰੇ ਜਿਹੜੇ ਸੁਣਨ ਵਾਲੇ ਵੀ ਨੇ ਉਹ ਕਹਿੰਦੇ ਨੇ ਗੈਪ ਬਹੁਤ ਪਾ ਦਿੰਦੇ ਹੋ ਵੀ ਸਾਲ ਸਾਲ ਗਾਣਾ ਨਹੀਂ ਕੱਢਦੇ ਜੀ, ਅਤੇ ਉਹ ਫਿਰ ਕਈ ਵਾਰੀ ਇਹ ਹੁੰਦਾ ਵੀ ਪੜ੍ਹਨ ਦਾ ਹੀ ਦੌਰ ਚੱਲਦਾ ਹੁੰਦਾ, ਐਂ ਹੁੰਦਾ ਵੀ ਕਿਤਾਬਾਂ ਪੜ੍ਹੀ ਜਾਈਏ, ਅਤੇ ਲਿਖਦੇ ਜ਼ਰੂਰ ਰਹਿੰਦੇ ਹਾਂ ਕੰਟੀਨਿਊਸਲੀ, ਪਰ ਗਾਣੇ ਕੱਢਦੇ ਨਹੀਂ, ਅਤੇ ਕਈ ਵਾਰੀ ਪ੍ਰੋਬਲਮਾਂ ਵੀ ਆਈਆਂ ਨੇ ਬਹੁਤ ਪਰਸਨਲੀ, ਅਤੇ ਬੜਾ ਕੁਛ ਹੋਇਆ ਲਾਈਫ ਦੇ ਵਿੱਚ, ਅਪ ਡਾਊਨਸ, ਪਰ ਹੁਣ ਰੈਗੂਲਰਲੀ ਮੈਂ ਆਹ ਪਿਛਲੇ 2 ਗਾਣੇ ਕੱਢੇ ਨੇ ਜਿਹੜੇ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤੇ ਨੇ, ਅਤੇ ਹੁਣ ਉਮੀਦ ਆ ਵੀ ਪਹਿਲਾਂ ਤਾਂ ਗਾਣੇ ਵੱਲ ਕੰਸਨਟ੍ਰੇਟ ਕੀਤਾ ਜਾਵੇ ਵੀ ਸਹੀ ਟਾਈਮ 'ਤੇ ਆਉਂਦੇ ਰਹਿਣ, ਅਤੇ ਉਦੋਂ ਬਾਅਦ ਫਿਰ ਦੇਖਾਂਗੇ। ਤੁਹਾਡੇ ਪੰਜਾਬ ਦੇ ਵਿੱਚ ਪੰਜਾਬੀ ਆਰਟਿਸਟ ਚਾਹੇ ਅੱਜ ਪੁਰਾਣੇ ਕਿਹੜੇ ਫੇਵਰੇਟ ਨੇ? ਪੰਜਾਬ ਦੇ ਤਾਂ ਜੀ ਗੁੱਗੂ ਗਿੱਲ ਸਾਹਿਬ ਅਤੇ ਯੋਗਰਾਜ। ਅਤੇ ਇਹ ਨਾਮ ਇਹਨਾਂ ਨੇ ਤਾਂ ਬੋਲੇ, ਪਰ ਅਸੀਂ ਵੀ ਇਹਨਾਂ ਬਾਰੇ ਇਹੀ ਪਲਾਨ ਕੀਤਾ ਸੀ ਕਿ ਅਸੀਂ ਨਾ ਡਬ ਸਮੈਸ਼ ਕਰਦੇ ਹਾਂ, ਆਪਣੀ ਇੱਕ ਛੋਟਾ ਜਿਹਾ ਸੈਕਸ਼ਨ ਰੱਖਿਆ ਹੋਇਆ ਕਿ ਉਹਦੇ ਵਿੱਚ ਅਸੀਂ ਤੁਹਾਨੂੰ ਇੱਕ ਆਡੀਓ ਪਲੇ ਕਰਾਂਗੇ ਗੁੱਗੂ ਗਿੱਲ ਜੀ ਦਾ, ਯੋਗਰਾਜ ਜੀ ਦਾ, ਉਹ ਆਡੀਓ ਸੁਣ ਕੇ ਤੁਸੀਂ ਫਿਰ ਐਕਟਿੰਗ ਕਰਨੀ ਹੈ ਜੀ ਉਹਨਾਂ ਦੀ ਆਵਾਜ਼ ਦੇ ਵਿੱਚ। ਫਿਰ ਕੰਮ ਤੁਸੀਂ ਜ਼ਿਆਦਾ ਵਧੀਆ ਕਰ ਸਕਦੇ ਜੀ ਸਾਡੇ ਨਾਲ, ਕਿਉਂਕਿ ਤੁਸੀਂ ਥੀਏਟਰ ਡਿਪਾਰਟਮੈਂਟ ਦੇ। ਪਰ ਚਲੋ, ਪਰ ਹੁਣ ਅਸੀਂ ਤੁਹਾਨੂੰ ਤੰਗ ਕਰਾਂਗੇ, ਅਤੇ ਮੇਰੇ ਖਿਆਲ ਨਾਲ ਮੈਂ ਸਭ ਤੋਂ ਪਹਿਲਾਂ ਹੁਣ ਗੱਲਾਂ ਹੋਈਆਂ ਉਹਦੇ ਵਿੱਚ, ਥੋੜ੍ਹਾ ਜਿਹਾ ਐਂਟਰਟੇਨਮੈਂਟ ਅਸੀਂ ਪਾਰਟ ਕਰਦੇ ਹਾਂ। ਰੈਡੀ ਰਹੋਗੇ ਤਾਂ ਮੈਂ ਸੁਣਾਵਾਂ ਥੋੜ੍ਹੀ ਚੰਦ ਦੀ ਲਾਈਨਾਂ? ਸਾਨੂੰ ਸੁਣਾ ਦਿਓ ਕੁਛ। ਫਿਰ ਰੈਡੀ ਹੋ ਜੀ, ਅਸੀਂ ਫਿਰ ਕਰਾਂਗੇ ਹੁਣ ਡਬ ਸਮੈਸ਼, ਤਿਆਰ ਰਹੋ, ਪਹਿਲਾਂ ਸੁਣੋ ਜੀ ਇਹ ਲਾਈਨਾਂ, ਫਿਰ ਦੇਖਦੇ ਹਾਂ ਹਰਫ ਜੋ ਲਾਈਨਾਂ ਕਿੱਦਾਂ ਬੋਲਦੇ ਨੇ। ਮੈਂ ਤੈਨੂੰ ਪਹਿਲਾਂ ਕਿਹਾ ਸੀ ਜੇ ਸਾਡੇ ਅਸੂਲਾਂ ਦੇ ਖਿਲਾਫ ਚੱਲਿਆ ਤਾਂ ਇੱਕ ਤੇਰੀ ਤੇ ਗੋਲੀ ਮੇਰੀ। ਸੁਣ ਲਿਆ ਜੀ? ਹਾਂਜੀ ਹਾਂਜੀ। ਹੁਣ ਤੁਸੀਂ ਕਰਨਾ ਤਾਂ ਡਬ ਸਮੈਸ਼।
ਟਰਾਈ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ। ਠੀਕ ਹੈ, ਮੈਂ ਪਲੇ ਕਰਦੀ ਹਾਂ। ਹਾਂਜੀ, ਰੈਡੀ ਜੀ? ਹਾਂਜੀ, 1 2 3 ਗੋ। ਮੈਂ ਤੈਨੂੰ ਪਹਿਲਾਂ ਕਿਹਾ ਸੀ ਜੇ ਸਾਡੇ ਅਸੂਲਾਂ ਦੇ ਖਿਲਾਫ ਚੱਲਿਆ ਤਾਂ ਹਿੱਕ ਤੇਰੀ ਤੇ ਗੋਲੀ ਮੇਰੀ। ਕਿਆ ਬਾਤ ਹੈ, ਕਿਆ ਬਾਤ ਹੈ ਜੀ, ਤੁਸੀਂ ਤਾਂ ਬਹੁਤ ਵਧੀਆ ਬੋਲਿਆ। ਨਹੀਂ ਨਹੀਂ, ਐਕਚੁਅਲੀ ਪਤਾ ਕੀ ਆ, ਜਦੋਂ ਅਸੀਂ ਪਿੰਡਾਂ 'ਚ ਪਹਿਲਾਂ BCR ਲਿਆਉਣਾ ਜੀ, ਤੇ ਇਹ ਜਿਹੜੀ ਲਾਈਕ ਗੁੱਗੂ ਗਿੱਲ ਸਾਹਿਬ ਇਹਨਾਂ ਦੀਆਂ ਫਿਲਮਾਂ ਫ੍ਰੀ ਮਿਲਦੀਆਂ ਸੀ, ਸਪੈਸ਼ਲੀ ਜੌਣਾ ਮੋੜ ਫਿਲਮ ਨਾ, ਉਹਦੇ ਡਾਇਲੋਗ ਤਾਂ ਮਤਲਬ ਤੁਸੀਂ ਕੋਈ ਮਰਜ਼ੀ ਪਿੰਡ ਦਾ ਜਵਾਕ ਫੜ ਲਓ, ਉਹਦੇ ਰੱਟੇ ਪਏ ਹੋਣੇ ਸਾਰੇ, ਏ ਤੋਂ ਲੈ ਕੇ ਜ਼ੈਡ ਤੱਕ। ਸਾਨੂੰ ਬੜਾ ਚਾਅ ਹੁੰਦਾ ਸੀਗਾ ਦੇ ਅਸੀਂ, ਮੈਂ ਜੇ ਕਹਾਂਗੇ ਹਰਫ ਚੀਮਾ ਜੀ ਨੂੰ ਕਿਹੜੇ ਡਾਇਲੋਗ ਯਾਦ ਨੇ ਉਸ ਟਾਈਮ ਦੇ? ਹਾਂਜੀ, ਮੈਂ ਇੱਕ ਮੈਂ ਡਾਇਲੋਗ ਬੋਲਦਾ ਗੁੱਗੂ ਗਿੱਲ ਸਾਹਿਬ ਦਾ, ਮੈਨੂੰ ਬੜਾ ਵਧੀਆ ਲੱਗਦਾ ਸੀ ਹੈ ਨਾ। ਮੇਰੇ ਕੋਲ ਗੋਲੀਆਂ ਵੀ ਨੇ ਤੇ ਬੰਦੂਕ ਵੀ ਹੈ, ਪਰ ਕਿਸੇ ਵੀ ਗੋਲੀ ਤੇ ਤੇਰਾ ਨਹੀਂ, ਡੋਗਰ ਦਾ ਨਾਂ ਹੈ ਥਾਣੇਦਾਰਾ, ਡੋਗਰ ਦਾ ਨਾਂ ਹੈ। ਇਹ ਤਾਂ ਡਬ ਸਮੈਸ਼ ਤੋਂ ਵੀ ਵਧੀਆ ਸੀ। ਸੋ ਜੀ, ਮੈਨੂੰ ਲੱਗਦਾ ਹੁਣ ਇਹ ਜਿਹੜੇ ਛੁਪੇ ਰੁਸਤਮ ਹੈ ਨਾ, ਇਹਨਾਂ ਦੇ ਅੰਦਰ ਐਕਟਰ ਉਹ ਬਾਹਰ ਆ ਰਿਹਾ, ਤੇ ਹੁਣ ਆਉਣ ਵਾਲੇ ਟਾਈਮ 'ਚ ਹਰਫ ਜੀ ਕੋਈ ਐਕਟ ਵੀ ਕਰਨਗੇ, ਕੋਈ ਫਿਲਮ ਵੀ ਕਰਨਗੇ। ਨਹੀਂ ਨਹੀਂ, ਹਜੇ ਤਾਂ ਕੋਈ ਹੋਣੀ ਜੀ। ਕਿ ਤੁਸੀਂ ਰਸੋਈ ਦਾ ਕਦੀ ਕੋਈ ਕੰਮ ਕੀਤਾ? ਕੁੜੀਆਂ ਤਾਂ ਕਰਦੀਆਂ, ਮੁੰਡਿਆਂ ਦਾ ਵੀ ਜਾਣਨਾ ਬਣਦਾ ਕੁਛ ਕੀਤਾ, ਕਿਉਂਕਿ ਮੇਰਾ ਘਰ ਵਾਲਾ ਤਾਂ ਕੋਈ ਕੰਮ ਨਹੀਂ ਕਰਦਾ, ਕੋਈ ਕੰਮ ਨਹੀਂ ਕਰਦੇ, ਚਾਹ ਵੀ ਬਣਾਉਂਦੇ ਨੇ ਉਹ ਵੀ ਖਰਾਬ। ਨਹੀਂ, ਚਾਹ ਵਧੀਆ ਬਣਾਉਣਾ ਬਸ ਮੈਂ। ਅੱਛਾ, ਹਾਂਜੀ ਹਾਂ, ਚਾਹ ਫਿਰ ਇੱਥੇ ਰਿਹਾ 10-11 ਸਾਲ ਹੋ ਗਏ ਚੰਡੀਗੜ੍ਹ। ਓਕੇ, ਬਸ ਚਾਹ ਬਣਾਉਣੀ ਆਉਂਦੀ ਹੈ ਜੀ। ਚਲੋ ਜੀ, ਇਹਨਾਂ ਦੀ ਬੋਟੀ ਨੂੰ ਇੰਨਾ ਤਾਂ ਫਾਇਦਾ ਹੋਏਗਾ ਕਿ ਘੱਟੋ ਘੱਟ ਚਾਹ ਬਣੀ ਬਣਾਈ ਮਿਲੇਗੀ ਉਹਨੂੰ। ਚਲੋ, ਇਹ ਤਾਂ ਬਹੁਤ ਪਿਆਰੀਆਂ ਪਿਆਰੀਆਂ ਗੱਲਾਂ ਨੇ। ਹੁਣ ਮੈਂ ਦੁਬਾਰਾ ਚੱਲਾਂਗੀ ਤੁਹਾਡੀ ਰਾਈਟਿੰਗ ਵੱਲ, ਕਿ ਜਿਹੜੇ ਹੁਣ ਤੁਸੀਂ ਗਾਣੇ ਲਿਖ ਰਹੇ ਹੋ ਜਾਂ ਗਾ ਰਹੇ ਹੋ, ਅਤੇ ਉਹ ਗਾਣੇ ਤੋਂ ਸ਼ੁਰੂ ਕਰਦੀ ਹਾਂ, ਪਹਿਲਾਂ ਤਾਂ ਪਲੀਜ਼ ਮੈਂ ਤੁਹਾਡੀ ਆਵਾਜ਼ ਦੇ ਵਿੱਚ ਕੁਝ ਸੁਣਨਾ ਚਾਹਾਂਗੀ ਤੁਹਾਡੇ ਕੋਲੋਂ। ਹਾਂਜੀ, ਜਿਹੜਾ ਹੁਣ ਰੀਸੈਂਟਲੀ ਗਾਣਾ ਆਇਆ ਮੈਂ ਉਹੀ ਸੁਣਾ ਦੇਣਾ, ਜਿਹੜਾ ਚੱਲ ਰਿਹਾ ਚੈਨਲਾਂ 'ਤੇ ਸਾਰਿਆਂ 'ਤੇ, ਅਤੇ ਤੁਸੀਂ ਵੀ ਸਾਰੇ ਬਹੁਤ ਪਿਆਰ ਦੇ ਰਹੇ ਹੋ ਗਾਣੇ ਨੂੰ, ਅਤੇ ਸੁਪਨੇ ਗਾਣਾ ਉਹ ਸੁਣਾ ਦੇਣਾ ਜੀ। ਹਿੱਤ ਬਾਰ ਕਿਸੇ ਤੇ ਨਹੀਂ ਹੋਣਾ, ਹੁਣ ਇਕੱਲੇ ਬਹਿ ਕੇ ਨਹੀਂ ਰੋਣਾ, ਨਿੱਤ ਫੋਲਾਂ ਦਿਲ ਦੀਆਂ ਫਰਦਾਂ ਨੂੰ, ਗੀਤਾਂ ਵਿੱਚ ਗਾਵਾਂ ਦਰਦਾਂ ਨੂੰ, ਦਿਲ ਸੁੱਟ ਜਾਂਦਾ ਬੰਦਾ ਟੁੱਟ ਜਾਂਦਾ, ਜਦ ਸੁਪਨੇ ਟੁੱਟਦੇ ਨੇ ਪੱਲੇ ਕੀ ਰਹਿ ਜਾਂਦਾ, ਜਦ ਆਪਣੇ ਲੁੱਟਦੇ ਨੇ ਪੱਲੇ ਕੀ ਰਹਿ ਜਾਂਦਾ, ਜਦ ਆਪਣੇ ਲੁੱਟਦੇ ਨੇ ਪੱਲੇ ਕੀ ਰਹਿ ਜਾਂਦਾ, ਜਦ ਆਪਣੇ ਲੁੱਟਦੇ ਨੇ। ਕਿਆ ਬਾਤ ਹੈ, ਕਿਆ ਬਾਤ ਹੈ। ਤੇ ਕਦੀ ਤੁਸੀਂ ਕਿਸੇ ਹੋਰ ਦਾ ਲਿਖਿਆ ਗਾਣਾ ਗਾਇਆ ਜਾਂ ਗਾਉਣ ਦਾ ਇਰਾਦਾ ਹੈਗਾ? ਨਹੀਂ, ਗਾਇਆ ਨਹੀਂ ਜੀ ਕਦੇ। ਪਲੀਜ਼ ਮੇਰਾ ਗਾਣਾ ਲਿਖਿਆ ਗਾ ਲਓ, ਮੈਂ ਵੀ ਲਿਖ ਲੈਣੀ ਆ। ਤੁਹਾਡਾ ਗਾ ਦਾਂਗੇ ਜੀ, ਇੱਥੇ ਬਹਿ ਕੇ ਸਟੂਡੀਓ 'ਚ। ਆ ਦੇਖ ਲਓ, ਕਹਿੰਦੇ ਸਟੂਡੀਓ 'ਚ ਗਾ ਦਾਂਗੇ, ਐਲਬਮ ਨਹੀਂ ਹੋ ਸਕਦੀ ਮੇਰੇ ਲਿਖੇ ਗਾਣੇ ਦੀ, ਬਹੁਤ ਮਾੜੀ ਗੱਲ ਹੈ ਚੀਮਾ ਸਾਹਿਬ, ਚੀਮਿਆਂ ਨਾਲ ਧੋਖਾ। ਨਹੀਂ ਨਹੀਂ, ਫਿਰ ਕਰ ਦਾਂਗੇ ਜੀ, ਚੀਮੇ ਦਾ ਬੰਦਾ ਕਰਨਾ ਜੇ ਤੁਸੀਂ ਚਾਹੁੰਦੇ ਹੋ, ਵੀ ਥੱਲੇ ਆਵੇ ਕੰਮ ਫਿਰ ਕਰ ਦਾਂਗੇ। ਇੰਨੀ ਬੇਇੱਜ਼ਤੀ ਹੋ ਗਈ ਮੇਰੀ ਸ਼ਰਿਆ। ਇੱਕ ਹੋਰ ਡਬ ਸਮੈਸ਼ ਹੋਏਗਾ, ਇੱਕ ਹੋਰ ਡਬ ਸਮੈਸ਼ ਹੋਏਗਾ। ਨਹੀਂ ਨਹੀਂ, ਚਲੋ ਕੋਈ ਨਹੀਂ, ਚੀਮੇ ਚੀਮੇ ਫਿਰ ਯੂ ਨੋ ਫੈਮਿਲੀ ਰਿਲੇਸ਼ਨ ਹੋ ਜਾਂਦੇ ਨੇ, ਅਸੀਂ ਮਾਫ਼ ਕਰਦੇ ਹਾਂ। ਅਤੇ ਹੁਣ ਮੈਂ ਜਾਣਨਾ ਚਾਹਾਂਗੀ ਫਿਊਚਰ ਪ੍ਰੋਜੈਕਟਸ ਬਾਰੇ ਤੁਹਾਡੇ, ਕਿ ਕੀ ਆਉਣ ਵਾਲਾ ਅਤੇ ਕੀ ਆਡੀਅੰਸ ਤੱਕ ਪਹੁੰਚਾਓਗੇ? ਫਿਊਚਰ ਪ੍ਰੋਜੈਕਟ ਗਾਣੀ ਨੇ ਜੀ, 2-3 ਗਾਣੇ ਹੁਣ ਲਾਈਨ ਅਪ ਨੇ ਨਵੇਂ ਜੀ, ਅਤੇ ਜਿਵੇਂ ਪਿਛਲੇ ਗਾਣੇ ਸੀਗੇ ਉਹ ਵੀ ਆਪਣਾ ਦੀਪ ਜੰਡੂ ਨਾਲ ਸੀ, ਮਿਊਜ਼ਿਕ ਉਹਨਾਂ ਨੇ ਕੀਤਾ ਸੀ। ਬਾਕੀ ਹੁਣ ਅਗਲੇ ਗਾਣੇ ਵੀ ਉਹਨਾਂ ਨਾਲ ਹੀ ਨੇ, 2 ਗਾਣੇ ਹੋਰ ਰੈਡੀ ਨੇ ਜੀ, ਅਤੇ ਉਹ ਗਾਣੇ ਰਿਲੀਜ਼ ਹੋਣੇ। ਅਤੇ ਫਿਲਮਾਂ ਵਿੱਚ ਵੀ ਲਿਖਣ ਦਾ ਕਰ ਰਹੇ ਹੋ, ਜਿਵੇਂ ਕਈ ਵਾਰੀ ਕੋਈ ਸਟੋਰੀ ਲੈ ਕੇ ਸਕ੍ਰਿਪਟ, ਫਿਲਮ ਵੀ ਲਿਖਣ ਦਾ ਹੈ ਤੁਹਾਡਾ ਇਰਾਦਾ? ਹਾਂਜੀ, ਮੂਵੀਜ਼ ਨਹੀਂ ਲਿਖਦੇ, ਮੂਵੀਜ਼ ਦੇ ਗਾਣੇ ਲਿਖ ਲੈਂਦੇ ਹਾਂ। ਗਾਣੇ ਲਿਖ, ਜਿੱਦਾਂ ਪਿੱਛੇ ਇੱਕ ਰਵਿੰਦਰ ਗਰੇਵਾਲ ਬਾਈ ਦੀ ਮੂਵੀ ਆਈ ਸੀ, ਉਹਦੇ ਲਿਖੇ ਹੋਏ ਸੀ ਗਾਣੇ ਜੀ ਜੀ ਬਿਲਕੁਲ। ਅਤੇ ਉੱਦਾਂ ਗਾਣੇ ਹੋਰ ਵੀ ਗਾਏ ਜਾਂਦੇ ਨੇ, ਜਿੱਦਾਂ ਜੈਜ਼ੀ ਭਾਅ ਜੀ ਦੀ ਟੇਪ ਆਈ ਸੀ, ਉਹਦਾ ਲਿਖਿਆ ਹੋਇਆ ਸੀ ਗਾਣਾ ਜੀ, ਅਤੇ ਬਸ ਇੱਦਾਂ ਕਰਕੇ ਹਾਂ ਲਿਖਣ ਵਾਲਾ ਵੀ ਕੰਮ ਚੱਲੀ ਜਾਂਦਾ। ਕਿਆ ਬਾਤ ਹੈ, ਬੜੇ ਹੀ ਵਧੀਆ ਗੱਲਾਂ ਕਰ ਰਹੇ ਸੀ, ਅਸੀਂ ਸਮਾਂ ਲੰਘਦਾ ਜਾ ਰਹੇ ਸੀ। ਅਤੇ ਮੇਰੇ ਵੱਲੋਂ ਯਾਨੀ ਕਿ ਚੀਮਾ ਵੱਲੋਂ ਚੀਮਾ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਤੁਹਾਡਾ ਕਰੀਅਰ ਹੋਰ ਵਧੀਆ ਰਹੇ, ਤੁਸੀਂ ਹੋਰ ਤਰੱਕੀਆਂ ਪਾਓ। ਅਤੇ ਕੀ ਕਹਿਣਾ ਚਾਹੋਗੇ ਸਾਡੀ ਆਡੀਅੰਸ ਨੂੰ? ਬਸ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਵਧੀਆ ਸੰਗੀਤ ਸੁਣਿਆ ਕਰੋ, ਵਧੀਆ ਗੀਤ ਸੁਣਿਆ ਕਰੋ, ਅਤੇ ਪਰ ਤੁਸੀਂ ਸੁਣਦੇ ਵੀ ਹੋ ਕਿਉਂਕਿ ਬਹੁਤ ਸੂਝਵਾਨ ਨੇ ਸਰੋਤੇ, ਅਤੇ ਪਿਛਲੇ ਦੋਏ ਗੀਤਾਂ ਨੂੰ, ਯਾਰੀਆਂ ਗੀਤ ਨੂੰ ਅਤੇ ਆਪਣਾ ਸੁਪਨੇ ਨੂੰ ਬਹੁਤ ਪਿਆਰ ਦਿੱਤਾ, ਅਤੇ ਮੈਂ ਰਿਣੀ ਹਾਂ ਤੁਹਾਡਾ ਹਮੇਸ਼ਾ, ਅਤੇ ਬਸ ਵਧੀਆ ਸੰਗੀਤ ਸੁਣਦੇ ਰਹੋ, ਸਪੋਰਟ ਕਰਦੇ ਰਹੋ, ਤਾਂ ਕਿ ਵਧੀਆ ਸੰਗੀਤ ਜਿਉਂਦਾ ਰਹਿ ਸਕੇ। ਕਿਆ ਬਾਤ ਹੈ ਜੀ, ਚੀਮਾ ਸਾਹਿਬ ਛਾਏ ਹੋਏ ਨੇ ਅੱਜ ਕੱਲ੍ਹ, ਵੈਸੇ ਬੜੇ ਚੀਮੇ ਛਾਏ ਹੋਏ ਨੇ, ਨਾ ਨਹੀਂ ਲੈਂਦੀ ਚੀਮੇ ਤਾਂ, ਪਰ ਚੀਮੇ ਛਾਏ ਹੋਏ ਨੇ, ਬਹੁਤ ਛਾਏ ਹੋਏ ਨੇ। ਸੋ ਚੀਮਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਸ਼ੋਅ ਦੇ ਵਿੱਚ ਆਉਣ ਵਾਸਤੇ, ਤੇ ਰੱਬ ਤੁਹਾਨੂੰ ਇੱਦਾਂ ਹੀ ਤਰੱਕੀਆਂ ਬਖਸ਼ੇ, ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਹਾਂਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਇਹ ਸੀ ਜੀ ਇੱਕ ਬੜੀ ਹੀ ਵਧੀਆ ਜੀ ਮੁਲਾਕਾਤ ਹਰਫ ਚੀਮਾ ਜੀ ਦੇ ਨਾਲ। ਹੁਣ ਜਿਹੜੀ ਮੈਂ ਅਪਡੇਟ ਤੁਹਾਨੂੰ ਦੇਣ ਜਾ ਰਹੀ ਹਾਂ, ਉਹ ਸਟਾਈਲ ਫਰੀਕਸ ਦੇ ਲਈ ਬਹੁਤ ਇੰਪੋਰਟੈਂਟ ਹੈ। ਸਟਾਈਲ ਫਰੀਕਸ ਨੂੰ ਹਮੇਸ਼ਾ ਅਪ ਟੂ ਡੇਟ ਰਹਿਣਾ ਪਸੰਦ ਹੈ ਨਾ, ਸੋ ਇਹਨਾਂ ਦੇ ਲਈ ਪੈਂਟਾਲੂਨਸ ਨੇ ਆਪਣਾ ਇੱਕ ਨਵਾਂ ਸ਼ੋਅਰੂਮ ਲਾਂਚ ਕੀਤਾ ਹਰਿਆਣਾ ਰੋਹਤਕ ਰੋਡ 'ਤੇ। ਸੋ ਜਾਓ ਸ਼ੋਪਿੰਗ ਕਰੋ, ਰੱਜ
ਹੁਣ ਵੇਲਾ ਹੋ ਗਿਆ ਜੀ ਮੇਰੇ ਜਾਣ ਦਾ, ਕਿਉਂਕਿ ਮੈਨੂੰ ਜਾਣਾ ਹੀ ਪੈਣਾ, ਟਾਈਮ ਮੁੱਕ ਗਿਆ ਜੀ। ਪਰ ਤੁਹਾਨੂੰ ਇਹ ਐਪੀਸੋਡ ਕਿੱਦਾਂ ਦਾ ਲੱਗਿਆ ਆਪਣੀ ਫੀਡਬੈਕ ਦੇਣਾ ਨਾ ਭੁੱਲਿਓ। ਸਟੇ ਟਿਊਨਡ, ਸਟੇ ਕਨੈਕਟਿਡ। ਮੇਰੇ ਵੱਲੋਂ ਜਸਪਿੰਦਰ ਚੀਮਾ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।